ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਅੱਜ ਅਸੀਂ ਹਾਜ਼ਰ ਹਾਂ 27 ਅਪ੍ਰੈਲ ਦੀ ਤਰੀਕ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਦੇ ਨਾਲ। 27 ਅਪ੍ਰੈਲ ਦੀ ਤਰੀਕ ਨਾਲ ਪੰਜਾਬ ਅਤੇ ਸਿੱਖ ਇਤਿਹਾਸ ਦੇ ਨਾਲ ਨਾਲ ਅੰਤਰਰਾਸ਼ਟਰੀ ਜਗਤ ਦੀਆਂ ਮਹੱਤਵਪੂਰਨ ਘਟਨਾਵਾਂ ਦੀਆਂ ਜਾਣਕਾਰੀਆਂ ਜੁੜੀਆਂ ਨੇ। 27 ਅਪ੍ਰੈਲ 1296 ਇੰਗਲੈਂਡ ਨੇ ਸਕਾਟਲੈਂਡ ਦੀਆਂ ਫੌਜਾਂ ਨੂੰ ਹਰਾ ਕੇ ਮੁਲਕ ਤੇ ਕਬਜ਼ਾ ਕਰ ਲਿਆ। 27 ਅਪ੍ਰੈਲ 1635 ਕਰਤਾਰਪੁਰ 'ਚ ਦੂਜੇ ਦਿਨ ਵੀ ਸਿੱਖਾਂ ਤੇ ਮੁਗਲਾਂ 'ਚ ਲੜਾਈ ਜਾਰੀ ਰਹੀ। 27 ਅਪ੍ਰੈਲ 1719 ਮੁਗਲ ਬਾਦਸ਼ਾਹ ਫਾਰੂਕ ਸੀਅਰ ਨੂੰ ਕਤਲ ਕਰ ਦਿੱਤਾ ਗਿਆ। 27 ਅਪ੍ਰੈਲ 1925 ਜੈਤੋ ਵਾਸਤੇ ਆਖਰੀ ਜਥਾ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। 27 ਅਪ੍ਰੈਲ 1990 ਤੇਜਿੰਦਰ ਸਿੰਘ ਚੋਲਾ ਸਾਹਿਬ ਨਕਲੀ ਮੁਕਾਬਲੇ 'ਚ ਸ਼ਹੀਦ। 27 ਅਪ੍ਰੈਲ 1992 ਹਰਦੇਵ ਸਿੰਘ ਕਾਦਰਾਬਾਦ, ਅੰਗਰੇਜ ਸਿੰਘ ਜਲਾਲਾਬਾਦ ਤੇ ਕਈ ਹੋਰ ਸਿੱਖ ਨਕਲੀ ਮੁਕਾਬਲੇ 'ਚ ਸ਼ਹੀਦ। 27 ਅਪ੍ਰੈਲ 1993 ਰੇਸ਼ਮ ਸਿੰਘ ਵਲਟੋਹਾ, ਸੁਖਦੇਵ ਸਿੰਘ ਫਰੀਵਾਲਾ ਅਤੇ ਗੁਲਜ਼ਾਰ ਸਿੰਘ ਕੰਬੋ ਨਕਲੀ ਮੁਕਾਬਲੇ 'ਚ ਸ਼ਹੀਦ। ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਕੱਲ ਮੁੜ ਹਾਜ਼ਰ ਹੋਵਾਂਗੇ। ਜਾਣਕਾਰੀ ਲਈ ਵਿਸ਼ੇਸ਼ ਧੰਨਵਾਦ ਸਿੱਖ ਇਤਿਹਾਸਕਾਰ ਸਰਦਾਰ ਹਰਜਿੰਦਰ ਸਿੰਘ ਦਲਗੀਰ।